ਭਗਤ ਸਿੰਘ ਨਾਲ ਮੁਲਾਕਾਤ ਔੜ ਕੇ ਇੱਕ ਦਿਨ ਆ ਗਿਆ ਕਿ 8:00 ਦੇ 6 ਵਜੇ ਦੇ ਕਰੀਬ ਮੇਰੀ ਰਿਹਾਈ ਦੇ ਸ਼ਾਦੀਆਂ ਨੇ ਜੇਲ੍ਹ ਵਿੱਚ ਵੱਜ ਗਏ। ਅਸੀਂ ਕੋਠੀ ਵਿੱਚ ਅੰਦਰ ਬੈਠੇ ਆਨੰਦ ਮਾਣ ਰਹੇ ਸਾਂ ਕੀ ਦੇਖਦੇ ਹਾਂ ਕਿ ਕਈ ਦੇਸ਼ ਭਗਤ ਵੀਰਵਾਹੋ ਦਾ ਭੱਜੇ ਚਲੇ ਜਾ ਰਹੇ ਹਨ। ਸਭ ਤੋਂ ਪਹਿਲੋਂ ਅਤੇ ਮੂਰੇ ਆ ਕੇ ਵੀਰ ਗਜਨ ਸਿੰਘ ਮਾਸਟਰ ਨੇ ਆਨ ਵਧਾਈਆਂ ਸੁਣਾਈਆਂ ਤੇ ਕਹਿਣ ਲੱਗਾ ਭਾਈ ਸਾਹਿਬ ਤੁਹਾਡੀ ਰਿਹਾਈ ਦਾ ਪ੍ਰਵਾਨਾ ਆ ਗਿਆ। ਚਲੋ ਉਠੋ ਤਿਆਰ ਹੋ ਜਾਓ। ਇੱਕ ਆਨ ਵਿੱਚ ਸਾਰੇ ਦੇਸ਼ ਭਗਤ ਭਰਾ ਮੇਰੇ ਗਿਰਦ ਆਣ ਇਕੱਠੇ ਹੋਏ ਪਰਵਾਨਾ ਪੜਪੜ ਮੈਨੂੰ ਸੁਣਾਉਣ ਤੇ ਗਦਗਦ ਹੋ ਜਾਣ ਦੱਸ ਨੂੰ ਇਤਨੀ ਰਿਹਾਈ ਦੀ ਖੁਸ਼ੀ ਨਾ ਆਵੇ ਜਿੰਨਾ ਕਿ ਵੀਰ ਕਰਤਾਰ ਸਿੰਘ ਸਾਰਖੇ ਸੋਹ ਦਰਵੀਰਾਂ ਦਾ ਅਵਜੋਗ ਵਿਛੋੜਾ ਹਿਰਦੇ ਨੂੰ ਬਹਿਬਲ ਕਰ ਕਰ ਜਾਵੇ ਮੈਂ ਤਾਂ ਇਹਨਾਂ ਦੋ ਚਿੱਤੀਆਂ ਦੁਰਖੀਆਂ ਵਿੱਚ ਹੀ ਫਾਥਾ ਸੋਨਮਸਨ ਹੁੰਦਾ ਜਾਵਾਂ ਅਤੇ ਵੀਰ ਜਨ ਮੇਰੇ ਦੁਆਲੇ ਹੋ ਕੇ ਮੇਰੀ ਵਿਦਾਇਗੀ ਦੀਆਂ ਪ੍ਰੇਮ ਮਲੌਣੀਆਂ ਆਮਲੀਵਣ ਜੇਲ੍ਹ ਦੂਤ ਜੇਲ੍ਹੋਂ ਬਾਹਰ ਕੱਢਣ ਲਈ ਅਤੇ ਰਿਹਾਈ ਦੀ ਆਇਸ ਵਿੱਚ ਲੈ ਜਾਣ ਲਈ ਤਾਹੂ ਹੋਏ ਖੜੋਤੇ ਅਤੇ ਮੇਰਾ ਪੈਰ ਪੁੱਟਣ ਨੂੰ ਜੀ ਨਾ ਕਰੇ ਜਿਉ ਤਾਂ ਪਿਆਰਿਆਂ ਦੇ ਪਿਆਰ ਵਿਜੋਗ ਅਹਿਸਾਸ ਵਿੱਚ ਪੈਖੜਿਆ ਪਿਆ ਉੜਕ ਮੈਨੂੰ ਲੈ ਦੇ ਕੇ ਸਭਸ ਨੇ ਰਹਾ ਹੋ ਜਾਣ ਲਈ ਤਿਆਰ ਕਰ ਹੀ ਦਿੱਤਾ ਪਿਆਰਿਆਂ ਨਾਲ ਨਦੀਆਂ ਵਾਹ ਬਿਸ਼ੁੰਨੀਆਂ ਵਾਲੇ ਵਿਜੋਗ ਦੀਆਂ ਗਲਜਫੜੀਆਂ ਪਾ ਪਾ ਕੇ ਸੱਜਲ ਨੇਤਰਾਂ ਨੂੰ ਲੈ ਕੇ ਵਿਦਾ ਹੋਇਆ ਜਿਲ੍ਹੇ ਸੈਂਟਰ ਦੇ ਬੁਰਜ ਦੇ ਬਰਾਬਰ ਪੁੱਜੇ ਤਾਂ ਅਗਾਹਾਂ ਹਾਸੂ ਹਾਸੂ ਕਰਦਾ ਦਰੋਗਾ ਮਿਲਿਆ ਜੋ ਕਿ ਮੇਰੇ ਵੱਲ ਨੂੰ ਅੱਗੋਂ ਹੀ ਆ ਰਿਹਾ ਸੀ ਮੈਨੂੰ ਦੇਖਣਸਾਰ ਰਿਹਾਈ ਦੀਆਂ ਵਧਾਈਆਂ ਦਿੱਤੀਆਂ ਮੈਂ ਵਧਾਈਆਂ ਤਾਂ ਸੁਣੀਆਂ ਸੁਣੀਆਂ ਹੀ ਕਰ ਦਿੱਤੀਆਂ ਅਤੇ ਉਸ ਨੂੰ ਆਖਿਆ ਹੁਣ ਤੁਹਾਡੇ ਬਚਨ ਦੇ ਪੂਰਾ ਕਰਨ ਦਾ ਵੇਲਾ ਵੀ ਆ ਗਿਆ ਹੈ ਸੋ ਮੌਕਾ ਸੰਭਾਲੋ ਹੱਸ ਕੇ ਕਹਿਣ ਲੱਗਾ ਕਿ ਭਗਤ ਸਿੰਘ ਦੀ ਮੁਲਾਕਾਤ ਵਾਲਾ ਮੈਂ ਅੱਗੇ ਹੀ ਸਭ ਬੰਦੋਬਸਤ ਕਰ ਲਿਆ ਹੈ 2 ਘੰਟੇ ਦੀ ਖੁੱਲੀ ਮੁਲਾਕਾਤ ਕਰੋ ਮੈਂ ਆਖਿਆ ਮਨਜ਼ੂਰੀ ਲੈ ਲਈ ਹੈ ਕਿ ਸੁਪਰਡੈਂਟ ਸਾਹਿਬ ਤੋਂ ਪੁੱਛ ਲਿਆ ਹੈ ਦਰੋਗਾ ਉਸ ਤੋਂ ਮੈਂ ਕੀ ਪੁੱਛਣਾ ਸੀ ਸਗੋਂ ਸੁਪਰਡੈਂਟ ਆਪ ਮੈਨੂੰ ਪੁੱਛਣ ਦੀ ਪਰੇਸ਼ਾਨੀ ਵਿੱਚ ਹੈਰਾਨ ਹੋਇਆ ਫਿਰਦਾ ਸੀ ਜਦੋਂ ਤੁਹਾਡੀ ਰਿਹਾਈ ਆਈ ਤਾਂ ਸੁਪਰਡੈਂਟ ਨੇ ਆਪ ਮੈਨੂੰ ਬੁਲਾਇਆ ਤੇ ਫਿਕਰਮੰਦ ਹੋ ਕੇ ਪੁੱਛਿਆ ਕਿ ਕੋਈ ਵਿਧ ਬਣਾਓ ਕਿ ਰਿਹਾਈ ਚੁੱਪਚਾਪ ਤੇ ਹੋ ਜਾਏ ਬਾਹਰ ਰਿਹਾਈ ਦੇ ਉਡੀਕਵਾਨਾਂ ਦੀਆਂ ਪਿਕਟਾਂ ਲੱਗੀਆਂ ਰਹਿੰਦੀਆਂ ਹਨ ਜੇਲ੍ਹੋਂ ਨਿਕਲਦੇ ਹੀ ਕਨਸੋ ਫਿਰ ਗਈ ਤਾਂ ਜਲੂਸਾਂ ਦੇ ਖਮਸਾਨ ਝੱਲੇ ਨਹੀਂ ਜਾਣੇ ਬੜੀ ਬਦਨਾਮੀ ਹੋਵੇਗੀ ਜੇਲ੍ਹ ਕਰਮਚਾਰੀਆਂ ਨੂੰ ਵੀ ਗਵਰਨਮੈਂਟ ਦੀ ਹਿਦਾਇਤ ਹੈ ਕਿ ਬੇਖਬਰੀ ਅਤੇ ਚੁੱਪਚਾਪੀ ਰਿਹਾਈ ਹੋਵੇ ਤੁਸੀਂ ਕਈਆਂ ਦਿਨਾਂ ਦੇ ਦੇਖ ਰਹੇ ਹੋ ਕਿ ਕਿਵੇਂ ਬਾਹਰ ਰਿਹਾਈ ਕਨਸੋਆਂ ਦੀਆਂ ਸਾਰਾ ਸਾਰ ਦਿਨ ਪਿਕਟਾਂ ਲੱਗੀਆਂ ਰਹਿੰਦੀਆਂ ਹਨ ਦਾਨਸ਼ੀਪੇਤਾਈਂ ਜੇਲ੍ਹ ਦਾ ਬੂਹਾ ਮੱਲੀ ਰੱਖਦੇ ਹਨ ਸੋ ਐਸੀ ਬਿਉਂਤ ਬਣਾਓ ਕਿ ਬੇਖਬਰੇ ਹੀਰਨ ਧੀਰ ਸਿੰਘ ਨੂੰ ਜੇਲ੍ਹੋਂ ਬਾਹਰ ਸੁਖ ਸਹਜ ਸੇਤੀ ਕੱਢ ਦਈਏ ਅਤੇ ਸਾਡੇ ਨਾਮ ਤੇ ਕੋਈ ਹਰਫ ਨਾ ਆਏ ਮੈਨੂੰ ਉਦੋਂ ਹੀ ਸੁਝ ਪਈ ਅਤੇ ਸੋਹਣੀ ਸੁਜੀ ਤੇ ਮੈਂ ਤਾਬੜ ਤੋੜ ਹੀ ਵੇਲੇ ਨੂੰ ਸੰਭਾਲ ਕੇ ਉਤਰ ਦਿੱਤਾ ਕਿ ਸਾਹਿਬ ਆਪ ਫਿਕਰਮੰਦ ਨਾ ਹੋਵੋ ਮੈਂ ਆਪ ਨੂੰ ਸੋਹਣੀ ਤਸਵੀਰ ਸੁਝਾਉਂਦਾ ਹਾਂ ਪਸੰਦ ਆਵੇ ਤਾਂ ਹੁਕਮ ਦਿਓ ਆਪ ਨੂੰ ਯਾਦ ਹੋਵੇਗਾ ਜਿਸ ਦਿਨ ਰਣਧੀਰ ਸਿੰਘ ਇਸ ਜੇਲ੍ਹ ਵਿੱਚ ਆਇਆ ਸੀ ਉਸੇ ਦਿਨ ਭਗਤ ਸਿੰਘ ਫਾਂਸੀ ਵਾਲੇ ਨੇ ਆਪ ਦੇ ਪਾਸ ਉਸ ਨੂੰ ਮਿਲਣ ਦੀ ਦਰਖਾਸਤ ਕੀਤੀ ਸੀ ਪਰ ਆਪ ਨੇ ਮਨਜ਼ੂਰ ਨਹੀਂ ਕੀਤੀ ਸੀ ਮੇਰੇ ਖਿਆਲ ਵਿੱਚ ਜੇ ਹੁਣ ਅਸੀਂ ਮੁਲਾਕਾਤ ਦੀ ਇਜਾਜ਼ਤ ਦੇ ਦਈਏ ਤਾਂ 2 ਘੰਟੇ ਐਵੇਂ ਹੀ ਗੁਜ਼ਰ ਜਾਣਗੇ ਅਤੇ ਇਤਨੇ ਨੂੰ ਖਾਸਾ ਨੀਰਾ ਹੋ ਜਾਏਗਾ 8 ਵਜੇ ਦੇ ਕਰੀਬ ਰਣਧੀਰ ਸਿੰਘ ਨੂੰ ਜੇਲ੍ਹੋਂ ਬਾਹਰ ਟੁਰ ਦਿਆਂਗੇ ਕਿਸੇ ਤਾਈਂ ਰਿਹਾਈ ਦਾ ਮੁਸ਼ਕ ਤੱਕ ਨਹੀਂ ਨਿਕਲੇਗਾ ਸੁਪਰਡੈਂਟ ਸਾਹਿਬ ਨੂੰ ਮੇਰੀ ਇਹ ਤਸਵੀਰ ਬੜੀ ਪਸੰਦ ਆਈ ਤੇ ਬੜੀ ਖੁਸ਼ੀ ਨਾਲ ਇਜਾਜ਼ਤ ਦੇ ਦਿੱਤੀ ਕਿ ਭਗਤ ਸਿੰਘ ਨਾਲ ਇਸ ਦੀ ਮੁਲਾਕਾਤ ਕਰਾਓ ਸੋ ਤੁਸੀਂ ਹੁਣ ਜਾਓ ਭਗਤ ਸਿੰਘ ਨਾਲ ਖੁੱਲੀ ਮੁਲਾਕਾਤ ਕਰੋ ਮੈਂ ਤੁਹਾਡੇ ਨਾਲ ਇੱਕ ਕੈਦੀ ਵਾਰਡਰ ਤੋਰ ਦਿੰਦਾ ਹਾਂ ਜੋ ਤੁਹਾਨੂੰ ਇਸ ਪਾਸ ਲੈ ਜਾਏਗਾ ਇਹ ਕਹਿ ਕੇ ਦਰੋਗੇ ਨੇ ਇੱਕ ਕੈਦੀ ਵਾਰਡਰ ਮੇਰੇ ਨਾਲ ਕਰ ਦਿੱਤਾ ਅਤੇ ਉਸ ਨੂੰ ਹੁਕਮ ਦਿੱਤਾ ਕਿ ਭਗਤ ਸਿੰਘ ਨਾਲ ਇਸ ਦੀ ਖੁੱਲੀ ਮੁਲਾਕਾਤ ਕਰਾਓ ਭਗਤ ਸਿੰਘ ਦਾ ਉਸ ਵੇਲੇ ਟੈਲਨ ਦਾ ਵਕਤ ਸੀ ਉਸ ਨੂੰ ਸ਼ਾਇਦ ਪਹਿਲਾਂ ਹੀ ਮੁਲਾਕਾਤ ਦੀ ਮਨਜ਼ੂਰੀ ਸੁਣਾ ਦਿੱਤੀ ਹੋਈ ਸੀ ਮੈਨੂੰ ਦੂਰੋਂ ਦੇਖ ਕੇ ਹੀ ਮੇਰੇ ਵੱਲ ਭੱਜਿਆ ਆਇਆ ਮਹਾ ਤੇਰੇ ਜੰਗਲੇ ਦੇ ਬਾਹਰ ਖਲੋਤਾ ਰਿਹਾ ਉਸ ਨੇ ਅੰਦਰ ਵਾਰ ਐਨ ਮੇਰੇ ਕੋਲ ਆ ਕੇ ਬੜੇ ਹੀ ਸਤਿਕਾਰ ਨਾਲ ਮੈਨੂੰ ਨਮਸਕਾਰ ਕੀਤੀ ਅਤੇ ਚੁੱਕ-ਚੁੱਕ ਕੇ ਜੋਹਾਰ ਕੀਤਾ ਮੈਂ ਵੀ ਦੋਏ ਕਰ ਜੋੜ ਫਤਿਹ ਬੁਲਾਈ ਕਾਦੀ ਵਾਰਡਰ ਸਾਨੂੰ ਕੋਲ-ਕੋਲ ਕਰਕੇ ਲਾਂਬੇ ਹੋ ਗਿਆ ਅੰਦਰਲੇ ਹੱਤੇ ਵੱਲੋਂ ਵੀ ਕੋਈ ਸਿਪਾਹੀ ਜਾਂ ਵਾਰਡਰ ਸਾਡੇ ਨੇੜੇ ਨਾ ਆਇਆ ਅਸੀਂ ਦੋਏ ਪੂਰੇ ਇਕਾਂਤ ਵਿੱਚ ਪਰਸਪਰ ਆਮੋ-ਸਾਹਮਣੇ ਹੋਏ ਖਲੋਤੇ ਹਾਂ ਭਗਤ ਸਿੰਘ ਬਿਰਹੇ ਮਿਲਾਪ ਦੀ ਕਰਨਾ ਕਿਰਤਗਣੀ ਖੁਸ਼ੀ ਵਿੱਚ ਉਛਲ ਕੇ ਜਾਰੋ ਕਤਾਰ ਹੰਝੂ ਬਹਾ ਰਿਹਾ ਹੈ ਅੰਡਠੀਆਂ ਹੀ ਇਤਨੇ ਪਿਆਰ ਸਤਕਾਰ ਦੀ ਬਹਿਵਲਤਾ ਬਿਰਲੀ ਬਾਂਝੀ ਹੀ ਡਿੱਠੀ ਸੁਣੀ ਹੈ ਜਾਨੂ ਮੁਦਤਾਂ ਦਾ ਹੀ ਜਾਨੂ ਪਛਾਣੂ ਹੈ ਗਦਗਦ ਹੋਏ ਕੇ ਕਹਿਣ ਲੱਗਾ ਅੱਜ ਮੇਰੀਆਂ ਖੁਸ਼ੀਆਂ ਦੀ ਕੋਈ ਹੱਦ ਨਹੀਂ ਰਹੀ ਮੇਰੇ ਦਿਲ ਵਿੱਚ ਇਹ ਤੰਗ ਦਿਨ ਰਾਤ ਰਹਿੰਦੀ ਸੀ ਕਿ ਕਿਵੇਂ ਅਤੇ ਕਦੋਂ ਆਪ ਦੇ ਦਰਸ਼ਨ ਨਸੀਬ ਹੋਣ ਸੋ ਅੱਜ ਇਹ ਭਾਗਾਂ ਭਰੀ ਖੜੀ ਹੈ ਕਿ ਮੇਰੀਆਂ ਆਸਾਂ ਪੂਰੀਆਂ ਹੋਈਆਂ ਮੈਂ ਆਪ ਦਾ ਜੀਵਨ ਅਤੇ ਆਪ ਦੀਆਂ ਜੇਲ੍ਹ ਕੜਾਈਆਂ ਦੀਆਂ ਕਾਲਾਂ ਸੁਣ ਸੁਣ ਕੇ ਹੀ ਆਪ ਦਾ ਪ੍ਰੇਮਸ਼ਦਾਈ ਹੋ ਗਿਆ ਸੀ 1914-15 ਵਾਲਿਆਂ ਦੀ ਦੇਸ਼ ਭਗਤੀ ਦੀ ਸੱਚੀ ਸੁੱਚੀ ਨਜ਼ੀਰ ਨੇ ਮੇਰੇ ਵਰਗੇ ਨਾ ਚੀਜ ਪੁਰਸ਼ਾਂ ਨੂੰ ਕੌਮ ਭਗਤੀ ਦੀ ਹੂਬੂ ਲਈ ਉਭਾਰਿਆ ਹੈ ਜੋ ਜੋ ਕਲਾਂ ਆਪ ਸੱਜਣਾ ਨੇ ਕਾਲੀਆਂ ਹਨ ਉਸ ਦੇ ਮੁਕਾਬਲੇ ਵਿੱਚ ਮੈਂ ਜਿਹਾਂ ਦੀਆਂ ਕਰਨੀਆਂ ਤਾਂ ਐਵੇਂ ਤੁਸ਼ਮਾਤਰੀ ਹੀ ਹਨ ਮੇਰੇ ਹਿਰਦੇ ਉੱਤੇ ਆਪ ਦੇ ਜੀਵਨ ਦਾ ਅਸਰ ਖਾਸ ਖਸੂਸੀਅਤ ਨਾਲ ਅਸਰ ਪਜ਼ੀਰ ਹੋਇਆ ਹੈ ਆਪ ਨੂੰ ਸ਼ਾਇਦ ਮੁਨਸ਼ੀ ਮੰਨਾ ਸਿੰਘ ਨੇ ਇਹ ਦੱਸਿਆ ਹੀ ਹੋਣਾ ਹੈ ਕਿ ਕਿਸ ਇਸ਼ਟਿਆਕ ਨਾਲ ਮੈਂ ਮਹੀਨਿਆਂ ਬੱਧੀ ਆਪ ਨੂੰ ਯਾਦ ਕਰਦਾ ਰਿਹਾ ਹਾਂ ਮੈਂ ਸਾਫ਼ ਕਹਾਂਗਾ ਮੇਰੀ ਖਿੱਚ ਨੇ ਹੀ ਆਪ ਨੂੰ ਖਿੱਚ ਕੇ ਇਸ ਜੇਲ੍ਹ ਵਿੱਚ ਮੋੜ 16 ਸਾਲਾਂ ਪਿੱਛੋਂ ਲੈ ਆਂਦਾ ਹੈ ਜਦੋਂ ਦਾਸ ਨੇ ਆਪ ਨੂੰ ਮੁਲਾਕਾਤ ਕਰਨ ਦਾ ਪਹਿਲਾ ਸੰਦੇਸ਼ ਆਪੇ ਜਿਆਸੀ ਉਹ ਸੰਦੇਸ਼ ਦੇ ਉੱਤਰ ਵਿੱਚ ਜੋ ਆਪ ਦਾ ਹੁਕਮਨਾਮਾ ਕਿਸ ਦਾੜੀ ਰੱਖਣ ਦਾ ਪੁੱਜਾ ਸੀ ਸੋ ਦਾਸ ਹਿਤੋਂ ਚਿਤੋਂ ਕਮੌਣ ਨੂੰ ਤਿਆਰ ਹੈ ਆਪ ਦੇ ਅੱਗੇ ਬੜਾ ਸ਼ਰਮਸ਼ਾਰ ਵੀ ਹਾਂ ਅਤੇ ਨਿਚੱਕ ਹੋ ਕੇ ਦੱਸਣ ਨੂੰ ਤਿਆਰ ਹਾਂ ਕਿ ਮੈਂ ਜੋ ਕੁਛ ਕੇਸ ਦਾੜੇ ਦੀ ਬੇਅਦਬੀ ਕਰ ਬੈਠਾ ਹਾਂ ਸੋ ਮਜਬੂਰਨ ਕਰ ਬੈਠਾ ਹਾਂ ਸੇਵਾ ਭਕਾਰ ਹਤ ਮੈਨੂੰ ਮੇਰੇ ਸਾਥੀਆਂ ਨੇ ਮਜਬੂਰ ਕੀਤਾ ਸੀ ਕਿ ਇਸ ਵੱਡ ਰੂਪੀ ਦਾ ਬੇਸ ਪਲਟਾਇਆ ਜਾਏ ਅਤੇ ਸੰਿਆਸੀ ਸਾਧੂ ਵਾਲਾ ਸਵਾਗਤ ਆ ਰਿਹਾ ਜਾਈ ਸੋ ਮੈਂ ਇਸ ਸੰਗ ਦੇ ਅਧੀਨ ਹੋ ਕੇ ਇਹ ਬੇਅਦਬੀ ਕਰ ਬੈਠਾ ਹਾਂ ਹੁਣ ਜਿਵੇਂ ਆਪ ਦਾ ਹੁਕਮ ਹੋਵੇ ਮੈਂ ਭਗਤ ਸਿੰਘ ਦੀ ਇਹ ਦੀਨਗੀ ਤੇ ਸ਼ਰਮਸ਼ਾਰੀ ਵੇਖ ਕੇ ਬੜਾ ਹੀ ਖੁਸ਼ ਹੋਇਆ ਤੇ ਉਸ ਦੀ ਸਾਫਗੋਈ ਦੀ ਖੂਬੀ ਜਾਂਚ ਕੇ ਵੀ ਬੜਾ ਮੋਸਰ ਹੋਇਆ ਤਦ ਵੀ ਮੈਂ ਹੇਠ ਲਿਖੀਆਂ ਗੱਲਾਂ ਉਸ ਨੂੰ ਕਹਿ ਬਜੋ ਰਹਿ ਨਾ ਸਕਿਆ ਵੀਰ ਭਗਤ ਸਿੰਘ ਜੀ ਆਪ ਦੇ ਪਿਆਰ ਤੋਂ ਮੈਂ ਬਲਹਾਰ ਹਾਂ ਅਤੇ ਆਪ ਦੀ ਦੇਸ਼ ਭਗਤੀ ਵਾਲੀ ਉਪਕਾਰ ਸਪਿਰਟ ਤੋਂ ਵੀ ਬਲਬਲ ਜਾਂਦਾ ਹਾਂ ਪਰ ਵੀਰ ਜੀ ਉਪਕਾਰ ਕਮਾਉਣ ਲਈ ਤਾਂ ਸਾਡੇ ਸਲਾਹਕਾਰਾਂ ਨੇ ਤੁਹਾਨੂੰ ਅੱਛੀ ਸਲਾਹ ਨਹੀਂ ਦਿੱਤੀ ਤੁਸੀਂ ਤਨਕਮਾਤਰ ਤੁਨਕਾ ਹੀ ਭਾਲਦੇ ਸੀ ਬੜੀ ਸ਼ੇਤੀ ਉਹਨਾਂ ਦੀ ਇਸ ਕੁਟੰਗੀ ਸਲਾਹ ਦੇ ਅਧੀਨ ਹੋ ਗਏ ਐ ਜਮਾਨਾ ਜਿਸ ਸਮੇਂ ਕੇ ਤੁਸੀਂ ਉੱਠੇ ਹੋ ਬੜੀ ਜਾਗਰਤ ਦਾ ਹੈ ਸਾਰਾ ਦੇਸ਼ ਹੀ ਜਾਗ ਰਿਹਾ ਹੈ ਇਸ ਵੇਲੇ ਤਾਂ ਆਪ ਨਿਸ਼ੰਗ ਆਪਣੇ ਸਿੱਖੀ ਵੇਸ ਵਿੱਚ ਹੀ ਜੋ ਚਾਹੇ ਸੋਪਕਾਰ ਕਮਾ ਸਕਦੇ ਸੀ ਆਪ ਨੂੰ ਪਤਾ ਹੀ ਹੈ ਕਿ ਸਾਡੇ ਜ਼ਮਾਨੇ ਵਿੱਚ 1914-15 ਵਾਲੇ ਸਮੇਂ ਸਾਰੇ ਹਿੰਦੁਸਤਾਨ ਵਿੱਚ ਵਿਰਲੀਆਂ ਵਾਂਝੀਆਂ ਰੂਹਾਂ ਹੀ ਜਾਗੀਆਂ ਸਨ ਖਾਸ ਕਰਕੇ ਪੰਜਾਬ ਵਿੱਚ ਤਾਂ ਗਣਤੀ ਦੇ ਉਂਗਲਾਂ ਤੇ ਗਣਜੋਗੇ ਸਿੱਖ ਹੀ ਸਨ ਜਿਨ੍ਹਾਂ ਨੇ ਕਿ ਦੇਸ਼ ਭਗਤੀ ਦਾ ਬੀੜਾ ਚੁੱਕਿਆ ਅਤੇ ਉਸ ਵੇਲੇ ਬਾਹਰ ਦੇਸ਼ ਕੈਨੇਡਾ ਅਮਰੀਕਾ ਤੋਂ ਆਏ ਦੇਸ਼ ਭਗਤਾਂ ਦਾ ਪੰਜਾਬ ਵਿੱਚ ਬੱਚਾ-ਬੱਚਾ ਮੁਖਾਲਪ ਬਣਿਆ ਫਿਰਦਾ ਸੀ ਮੈਂ ਆਪ ਨੂੰ ਬਨਗੀ ਮਾਤਰ ਉਸ ਵਕਤ ਦੇ ਆਪਣੇ ਦੇਸ਼ ਭਗਤ ਭਰਾਵਾਂ ਦੀ ਇੱਕੋ ਹੀ ਮਿਸਾਲ ਪੇਸ਼ ਕਰਦਾ ਹਾਂ ਭਾਈ ਨਿਧਾਨ ਸਿੰਘ ਜੀ ਚੁੱਗੇ ਵਾਲੇ ਇੱਕ ਬੜੇ ਉੱਗੇ ਦੇਸ਼ ਭਗਤ ਹਨ ਇਹ ਬਾਹਰੋਂ ਟਾਪੂਆਂ ਵਿੱਚੋਂ ਸੈਂਕੜੇ ਹੀ ਰੂਹਾਂ ਨੂੰ ਦੇਸ਼ ਕੁਰਬਾਨੀ ਹੱਤ ਪ੍ਰੇਰਕੇ ਲਿਆਏ ਅਤੇ ਹਜ਼ਾਰਾਂ ਰੁਪਏ ਆਪਣੇ ਪੱਲਿਓਂ ਖਰਚ ਕਰਕੇ ਨਿਸ਼ਾਵਰ ਕਰ ਦਿੱਤੇ ਫੇਰ ਕੋਈ ਗੁਜਰਸ਼ੀਪੇ ਨਹੀਂ ਆਏ ਜਹਾ ਜਾਂਬੇਚ ਪ੍ਰਗਟ ਤੌਰ ਪਰ ਆਏ ਪਰ ਹਿੰਦੁਸਤਾਨ ਵਿੱਚ ਆਉਂਦਿਆ ਹੀ ਉਹਨਾਂ ਨੂੰ ਫੌਨ ਦਾ ਜਾਲ ਵਿਛ ਗਿਆ ਪਰ ਉਹ ਤੇ ਉਸ ਦੇ ਕਈ ਦਰਜਨ ਦੇਸ਼ ਭਗਤ ਸਾਥੀ ਸਹੀ ਸਲਾਮਤ ਹਿੰਦੁਸਤਾਨ ਵਿੱਚ ਪੁੱਜਣ ਵਿੱਚ ਕਾਮਯਾਬ ਹੋਏ ਪਕੜ ਜਕੜ ਤੋਂ ਉਕੇ ਹੀ ਅਸ਼ੋਰੇ ਪੰਜਾਬ ਵਿੱਚ ਆ ਗਜੇ ਜੋ ਜੋ ਕਾਰਨਾਮੇ ਇਹਨਾਂ ਨੇ ਪੰਜਾਬ ਆ ਕੇ ਕਰ ਦਿਖਾਏ ਆਪ ਉਹਨਾਂ ਤੋਂ ਪਲੀ ਪ੍ਰਕਾਰ ਵਕਫ ਹੀ ਹੋ ਉਹਨਾਂ ਦੇ ਵਾਰੰਟ ਨਿਕਲੇ ਹੋਏ ਸਨ ਹੁਲਗੇ ਛਪੇ ਹੋਏ ਸਨ ਉਹਨਾਂ ਦੀ ਗ੍ਰਿਫਤਾਰੀ ਦੇ ਇਨਾਮ ਮੁਸ਼ਤਿਹਰ ਹੋ ਚੁੱਕੇ ਸਨ ਸਾਰੇ ਜ਼ਮਾਨੇ ਦੀ ਹਵਾ ਉਹਨਾਂ ਦੇ ਉਲਟ ਸੀ ਚਾਰ ਚੋਫੇਰੇ ਉਹਨਾਂ ਦੀ ਪਕੜ ਤੱਕੜਦੀ ਦੌੜ ਭੱਜ ਹੋ ਰਹੀ ਸੀ ਉਸ ਦੌੜ ਭੱਜ ਵਿੱਚ ਉਹ ਨਿਰਪੈਰ ਨੇ ਧੜਕ ਫਿਰਦੇ ਰਹੇ ਉਨ੍ਹੀ ਦਿਨੀ ਦੇਸ਼ ਪ੍ਰਕਾਰ ਦੀ ਕਲਣਾ ਦਾ دارو ਮਦਾਰ ਦੇਸ਼ ਭਗਤ ਤਬਕੇ ਵਿੱਚ ਬਹੁਤ ਸਾਰਾ ਭਾਈ ਨਿਧਾਨ ਸਿੰਘ ਜੀ ਦੀ ਹਸਤੀ ਉੱਪਰ ਹੀ ਮੁਨਸਰ ਸੀ ਨਿਰਪੈਰਤਾ ਨਿਰਪੈਤਾ ਵਿੱਚ ਤਾਂ ਵੀਰ ਕਰਤਾਰ ਸਿੰਘ ਸਰਾਭਾ ਵੀ ਆਪਣੀ ਮਿਸਾਲ ਆਪ ਹੀ ਸੀ ਉਸ ਦੇ ਦਿਲ ਵਿੱਚ ਇੱਕ ਦਿਨ ਇਹ ਖਿਆਲ ਆਇਆ ਅਤੇ ਕੁਸੰਗ ਦੇ ਅਸਰ ਕਰਕੇ ਆਇਆ ਕਿ ਕਿਤੇ ਭਾਈ ਨਿਧਾਨ ਸਿੰਘ ਅਜਾਈ ਫੜੇ ਹੀ ਨਾ ਜਾਣ ਉਹਨਾਂ ਤੋਂ ਦੇਸ਼ ਭਗਤਾਂ ਨੇ ਬਹੁਤ ਕੰਮ ਲੈਣਾ ਹੈ ਸੋ ਉਹਨਾਂ ਨੂੰ ਚਿਰੰਕਾਲ ਕਾਮਯਾਬ ਰੱਖਣ ਲਈ ਰਾਜਨੀਤੀ ਭਾਸ਼ਣੀ ਕਮਜ਼ੋਰੀ ਦੇ ਪ੍ਰਾਇਣ ਹੋ ਕੇ ਵੀਰ ਕਰਤਾਰ ਸਿੰਘ ਨੇ ਭਾਈ ਨਿਧਾਨ ਸਿੰਘ ਨੂੰ ਇਹ ਸਲਾਹ ਦਿੱਤੀ ਕਿ ਆਪ ਆਪਣੇ ਦਾੜੇ ਨੂੰ ਬਸਮਾ ਲਗਾ ਲਓ ਤਾਂ ਕਿ ਹੁਲਗੇ ਦੇ ਨਿਸ਼ਾਨ ਗਲਤ ਹੋ ਜਾਣ ਤੇ ਕੋਈ ਪਛਾਣ ਨਾ ਸਕੇ ਭਾਈ ਨਿਧਾਨ ਸਿੰਘ ਨੇ ਬੜੀ ਬੀਰਤਨ ਉੱਤਰ ਦਿੱਤਾ ਕਿ ਮੈਂ ਮੂੰਹ ਕਾਲਾ ਕਰਕੇ ਚਮਕਦੇ ਹੀਰਿਆਂ ਤੇ ਗੋਹੇ ਦਾ ਫਰੋਲਾ ਫੇਰ ਕੇ ਆਪਣੀ ਬੀਰਤਾ ਨੂੰ ਕਲੰਕਿਤ ਨਹੀਂ ਕਰਨਾ ਚਾਹੁੰਦਾ ਮੈਥੋਂ ਜੋ ਕੁਝ ਕੰਮ ਲੈਣਾ ਹੈ ਐਸੇ ਵੇਸ ਵਿੱਚ ਲਵੋ ਤੇ ਮੇਰੇ ਅੰਦਰ ਕੈਰਤਾ ਮਤ ਪੈਦਾ ਕਰੋ ਉਹਨਾਂ ਨੂੰ ਬਹੁਤ ਘਰਉਣਾ ਚਾਹਿਆ ਪਰ ਉਹ ਆਪਣੇ ਨਿਸ਼ਚੇ ਵਿੱਚ ਅਚਲ ਤੇ ਟੱਲ ਰਹੇ ਇਹ ਸੱਜਣ ਨੇ 30 30 40 40 ਕੋ ਦਾ ਪੰਧ ਇੱਕ ਸਹਿ ਦਿਹਾੜੀ ਵਿੱਚ ਕੀਤਾ ਅਤੇ ਪੁਲਿਸ ਦੇ ਪਹਿਰਿਆਂ ਦੇ ਕੋਲ ਦੀ ਨੇ ਧੜਕੋ ਕੇ ਲੰਘ ਜਾਂਦਾ ਰਿਹਾ ਤੇ ਕੰਮ ਇਤਨੇ ਭਾਰੀ ਭਾਰੀ ਵਿਸ਼ੇਸ਼ਤਾ ਵਾਲੇ ਕੀਤੇ ਜਿਸ ਦੇ ਮੁਕਾਬਲੇ ਤੁਹਾਡਾ ਚਿਤਵਿਆ ਕੰਮ ਤਾਂ ਪਾਸੰਗਾ ਮਾਤਰ ਸੀ ਪਰ ਉਹਨਾਂ ਨੇ ਚਿੱਟੇ ਦਾੜੇ ਨੂੰ ਕਾਲਾ ਕਰਨਾ ਵੀ ਮਨਜ਼ੂਰ ਨਹੀਂ ਕੀਤਾ ਸੀ ਤੁਸੀਂ ਦਾੜਾ ਤੇ ਕੇਸ ਵੀ ਕਤਲ ਕਰਾ ਦਿੱਤੇ ਭਗਤ ਸਿੰਘ ਦਰਸਲ ਸਾਂਡਰਸ ਦਾ ਕਤਲ ਮੈਂ ਨਹੀਂ ਮੇਰੇ ਉੱਪਰ ਇਲਜ਼ਾਮ ਲੱਗਾ ਮੈਂ ਜਾਂ ਤਾਂ ਕਿ ਮੌਕੇ ਨੂੰ ਹੱਥੋਂ ਕਿਉਂ ਗਵਾਵਾ ਤੇ ਸਾਰਾ ਇਲਜ਼ਾਮ ਆਪਣੇ ਉੱਪਰ ਲੈ ਲਿਆ ਲਾਭ ਇਹ ਹੋਇਆ ਕਿ ਕ੍ਰੈਡਿਟ ਸਾਰਾ ਮੈਨੂੰ ਮਿਲ ਗਿਆ ਹੁਣ ਜੀ ਵੀ ਮੈਨੂੰ ਬਚਣ ਦੀ ਕੋਈ ਆਸ ਨਹੀਂ ਸੀ ਮੈਂ ਫੋਕੇ ਕ੍ਰੈਡਿਟ ਮਿਲਣ ਦੀ ਫੋਕੀ ਖੁਸ਼ੀ ਦਾ ਹਾਸਲ ਕਰਨਾ ਸੱਚੇ ਦੇਸ਼ ਭਗਤ ਦਾ ਦਰਸ਼ ਨਹੀਂ ਹੋਣਾ ਚਾਹੀਦਾ ਦੁਨੀਆ ਦੀ ਚਾਰ ਦਿਨ ਦੀ ਵਾਹਵਾ ਦੀ ਖੁਮਾਰੀ ਵਿੱਚ ਆਪ ਨੂੰ ਆਪਣੇ ਸੱਚੇ ਦਰਸ਼ ਤੋਂ ਗਿਰਨ ਦਾ ਅਹਿਸਾਸ ਵੀ ਨਾ ਰਹਾ ਤੇ ਨਾ ਹੀ ਆਪਣੇ ਅਸਲੀ ਨਿਸ਼ਾਨੇ ਤੋਂ ਖੁੰਝਣ ਦਾ ਪਛਤਾਵਾ ਹੀ ਲੱਗਾ ਇੱਕ ਅਖਬਾਰੀ ਵਿਡਾਈ ਦਾ ਸ਼ੁਣ ਸ਼ੁਣਾ ਹੀ ਪੱਲੇ ਰਹਿ ਗਿਆ। ਗੁਰੂ ਦੀ ਮੋਹਰ ਸਾਫਤ ਸੂਰਤ ਐਵੇਂ ਭੰਗ ਦੇ ਪਾੜੇ ਹੀ ਝੂਠੇ ਵਫਨ ਵਫਾਓ ਦੇ ਲਾਲਚ ਵਿੱਚ ਗਵਾ ਲਈ। ਭਲਾ ਜੇ ਗਲਤੀ ਹੋ ਗਈ ਸੀ ਤਾਂ ਉਸ ਦੀ ਤਲਾਫੀ ਹੋਣੀ ਤਾਂ ਹੋਣੀ ਚਾਹੀਦੀ ਸੀ। ਫਿਰ ਮੁੜ ਕੇ ਇਸ ਰੱਖ ਲੈਣੇ ਸੀ। ਮੁੜ ਕੇ ਕਿਉਂ ਨਾ ਰੱਖੇ? ਭਗਤ ਸਿੰਘ। ਕੇਸ ਤਾਂ ਮੈਂ ਰੱਖ ਲੈਂਦਾ। ਪਰ ਐਸਾ ਕਰਨ ਵਿੱਚ ਮੈਨੂੰ ਆਪਣੇ ਸਾਥੀ ਦੱਤ ਪਟਕੇਸ਼ਵਰ ਦੱਤ ਦੀ ਹਮਦਰਦੀ ਤੇ ਸਾਥੀ ਪੂਨੇ ਵਾਲੀ ਆਪਣਾਤ ਪ੍ਰਾਪਤ ਨਾ ਹੁੰਦੀ। ਦੂਜੀ ਮੈਨੂੰ ਐਡੀ ਸ਼ਰਤ ਹਾਸਲ ਨਾ ਹੁੰਦੀ ਜਿੱਡੀ ਕਿ ਅੱਜ ਅਖਬਾਰੀ ਦੁਨੀਆ ਵਿੱਚ ਹੋ ਰਹੀ ਹੈ। ਮੈਂ ਸੱਚ ਕਹਿੰਦਾ ਹਾਂ ਕਿ ਮੇਰੀ ਕੁਰਬਾਨੀ 1914-15 ਵਾਲੇ ਦੇਸ਼ ਭਗਤਾਂ ਦੀ ਕੁਰਬਾਨੀ ਦੇ ਮੁਕਾਬਲੇ ਐਵੇਂ ਤੁਸ਼ਮਾਤਰ ਹੈ ਪਰ ਇੰਨੀਆਂ ਕੁਰਬਾਨੀਆਂ ਕਰਨ ਪਰ ਵੀ ਇਨ੍ਹਾਂ 1914-15 ਵਾਲਿਆਂ ਨੂੰ ਵੀ ਉਸ ਵਕਤ ਦੀ ਅਖਬਾਰੀ ਦੁਨੀਆ ਵਿੱਚ ਏਡਾ ਮਾਣ ਨਾ ਮਿਲਿਆ ਕਿਉਂਕਿ ਸਿੱਖ ਅਖਬਾਰਾਂ ਦੀ ਅਬਲ ਤਾਂ ਇਸ਼ਾਇਤ ਹੀ ਕੁਝ ਨਹੀਂ ਤੇ ਜੇ ਹੈ ਤਾਂ ਉਹ ਉਸ ਸਮੇਂ ਆਪ ਸੱਜਣਾਂ ਦੀ ਕੁਰਬਾਨੀ ਬਾਰੇ ਪਬਲਿਕ ਵਿੱਚ ਕੁਝ ਰੌਸ਼ਨੀ ਨਾ ਪਾ ਸਕੇ ਕਿਉਂਕਿ ਉਹਨਾਂ ਦੀ ਡਰੂ ਪਾਲਸੀ ਉਹਨਾਂ ਨੂੰ ਦਬਕਾਈ ਰੱਖਦੀ ਸੀ ਇਹ ਅਨਮਤੀ ਅਖਬਾਰਾਂ ਦੀ ਬਦੌਲਤ ਹੀ ਮੇਰੇ ਨਾਮ ਨੂੰ ਇੰਨੀ ਸ਼ੋਹਰਤ ਮਿਲੀ ਹੈ ਮੈਂ ਸੱਚ ਕਹਿੰਦਾ ਹਾਂ ਕਿ ਜੇ ਮੈਂ ਸਿੱਖ ਸਮਝਿਆ ਜਾਂਦਾ ਤੇ ਮੇਰੇ ਸਿਰ ਮੂ ਉੱਤੇ ਕੇਸ ਦਾੜੀ ਵਾਲੀ ਸਿੱਖ ਹੋਣ ਦੀ ਨਿਸ਼ਾਨੀ ਹੁੰਦੀ ਤਾਂ ਇਹ ਅਨਮਤੀ ਅਖਬਾਰ ਮੇਰੀ ਸ਼ੋਭਾ ਵਡਾਈ ਵਿੱਚ ਇੱਕ ਲਫ਼ਜ਼ ਵੀ ਨਾ ਲਿਖਦੇ ਜਿਵੇਂ ਕਿ ਆਪ ਸਹਿਬਾਨ ਦੀ ਬਾਬਤ ਇਹਨਾਂ ਕੁਝ ਨਹੀਂ ਲਿਖਿਆ ਸਿੱਖ ਅਖਬਾਰਾਂ ਵਿੱਚੋਂ ਵੀ ਉਸ ਵਕਤ ਮਾੜਾ ਮੋਟਾ ਜੋ ਕੁਝ ਲਿਖਿਆ ਸੋ ਉਰਦੂ ਦੇ ਖਾਲਸਾ ਅਖਬਾਰ ਲਾਹੌਰ ਨੇ ਹੀ ਲਿਖਿਆ ਉਹ ਵੀ ਮਹਦੂਦ ਸ਼ਕਲ ਵਿੱਚ ਮੈਨੂੰ ਇਹ ਪਤਾ ਸੀ ਕਿ Hindu ਅਖਬਾਰ ਸਿੱਖ ਦੇਸ਼ ਭਗਤਾਂ ਦੀ ਵਡਾਈ ਲਿਖਣੋਂ ਖੁੰਝ ਖਾਂਦੇ ਹਨ ਤੇ ਇਹਨਾਂ ਨੂੰ ਉਹਨਾਂ ਦੀ ਵਡਾਈ ਪਾਉਂਦੀ ਨਹੀਂ ਜੇ ਮੈਂ ਵੀ ਕੇਸ ਮੋੜ ਰੱਖ ਲੈਂਦਾ ਤਾਂ ਮੈਨੂੰ ਵੀ ਡਿਆਉਣਾ ਕੰਨ ਸੀ ਛਿਟਿਉਂਦੇ ਹੀ ਇਸ ਕਰਕੇ ਮੈਂ ਕੇਸ ਮੋੜ ਰੱਖਣੋਂ ਹੋਰ ਕੇ ਸਲਵਟ ਛੱਡੀ ਮੈਂ ਪਿਆਰੇ ਭਗਤ ਸਿੰਘ ਜੀ ਆਪ ਦੀ ਦੇਸ਼ ਭਗਤੀ ਦਾ ਆਦਰਸ਼ ਬੜਾ ਹੀ ਨੀਵਾਂ ਤੇ ਹੁਸ਼ਾ ਹੈ ਸ਼ੌਰਤ ਵਿੜਾਈ ਦੀ ਖਾਤਰ ਦੇਸ਼ ਭਗਤ ਦੀਆਂ ਅਪਕਾਰਕ ਕਮਾਈਆਂ ਦੇ ਡੰਬਰ ਰਚਣੇ ਵਿਰਥੇ ਤੇ ਐਵੇਂ ਤਿਫਲ ਸ਼ਸ਼ੋਹਰੀਆ ਬਾਦ ਵਫਾਈਆਂ ਹਨ 1914-15 ਵਾਲੇ ਦੇਸ਼ ਭਗਤਾਂ ਜੋ ਕੁਝ ਕੀਤਾ ਕਮਾਇਆ ਕੇਵਲ ਦੇਸ਼ ਸੇਵਾ ਨੂੰ ਮੁੱਖ ਰੱਖ ਕੇ ਕੀਤਾ ਤੇ ਨਿਸ਼ਕਾਮ ਦੇਸ਼ ਭਗਤੀ ਕਮਾਈ ਸ਼ੋਰਤ ਵਿੜਾਈ ਦਾ ਸੁਪਨਾ ਸਾਰਖਾ ਵੀ ਖਿਆਲ ਗੁਮਾਨ ਉਹਨਾਂ ਦੇ ਨੇੜੇ ਨਹੀਂ ਆਇਆ ਸੀ ਸ਼ੋਰਤ ਦਾ ਪਿਆਰ ਦੇਸ਼ ਭਗਤਾਂ ਦੀ ਦੇਸ਼ ਭਗਤੀ ਨੂੰ ਕਲੰਕਿਤ ਕਰਨ ਵਾਲਾ ਹੈ ਕੁਸੰਗ ਦੇ ਫੇਰ ਵਿੱਚ ਆਪ ਨੂੰ ਹੋਰ ਛੇ ਖਿਆਲ ਮਾਨ ਵਿੜਾਈ ਦੇ ਚਿੰਬੜੇ ਰਹੇ ਅਖਬਾਰੀ ਮਾਨ ਵਿੜਾਈਆਂ ਤੇ ਸ਼ੋਰਤ ਤਾਂ ਸਭ ਬਾਦੂ ਹੀ ਹਨ ਇਹਨਾਂ ਦੇ ਸੋਲੇ ਤੇ ਇਹਨਾਂ ਸੋਲਿਆਂ ਦੇ ਸੁਣਨ ਚਾਹਵਨਾਂ ਪਰ ਇਹ ਗੁਰਬਾ ਘਟਦਾ ਹੈ ਕੁਲਹਾ ਦਿਨ ਦੇ ਬਾਵਲੇ ਲੈਂਦੇ ਵੱਡੇ ਨਲੱਜ ਚੂਹਾ ਖੱਡਨਾ ਬਾਬਈ ਤਿੱਕਲ ਬੰਨੈ ਛੱਜ ਇਹ ਗੱਲਾਂ ਸੁਣ ਕੇ ਭਗਤ ਸਿੰਘ ਬੜਾ ਹੀ متاثر ਹੋਇਆ ਤੇ ਕਹਿ ਉੱਠਿਆ ਸੱਚਮੁੱਚ ਗੁਰੂ ਘਰ ਦਾ ਅਤੇ ਗੁਰੂ ਕੇ ਸਿੱਖਾਂ ਦਾ ਆਦਰਸ਼ ਬੜਾ ਉੱਚਾ ਹੈ ਆਮ ਦੁਨੀਆ ਫੋਕੀਆਂ ਵਡਾਈਆਂ ਦੇ ਬਹਿਣਾ ਵਿੱਚ ਹੀ ਰੁੱੜੀ ਪਈ ਹੈ ਮੈਨੂੰ ਵੀ ਦੁਨੀਆ ਬਜਾਦੀ ਵਜਦੀ ਦੇ ਨਾਲ ਹੀ ਇਹ ਤਾੜੇ ਵੱਜਣਾ ਪੈ ਗਿਆ ਪਰ ਅੱਜ ਪ੍ਰਤੀਤ ਹੋਇਆ ਕਿ ਇਹ ਸਭ ਹੈਂਕੜ ਬਾਜ਼ੀਆਂ ਦੇ ਨਮੈਸ਼ੀ ਮੁਜ਼ਾਰੇ ਹੀ ਹਨ ਮੇਰੀ ਬੜੀ ਹੀ ਖੁਸ਼ਕਿਸਮਤੀ ਹੁੰਦੀ ਜੇਕਰ ਆਪ ਜੈਸੇ ਸੱਜਣਾ ਦੀ ਸੰਗਤ ਦੋ ਚਾਰ ਮਹੀਨੇ ਰਹਿੰਦੀ ਜੇ 2-4 ਮਹੀਨੇ ਹੀ ਮੈਨੂੰ ਆਪਦੀ ਸੰਗਤ ਵਿੱਚ ਰਹਿਣ ਦਾ ਮੌਕਾ ਮਿਲਦਾ ਤਾਂ ਮੈਨੂੰ ਬਹੁਤ ਲਾਭ ਪਹੁੰਚਦਾ ਤੇ ਮੇਰਾ ਕੁਝ ਸੌਰ ਜਾਂਦਾ ਮੇਰੀਆਂ ਹੁਣ ਤਾਈਆਂ ਦੂਰ ਹੋ ਜਾਂਦੀਆਂ ਹੁਣ ਮੈਨੂੰ ਹੁਕਮ ਕਰੋ ਆਪ ਦਾ ਹੁਕਮ ਇਸ਼ਾਰਾ ਇਹ ਹੈ ਕਿ ਮੈਂ ਫਿਰ ਕੇਸਾ ਤਰੀ ਹੋ ਜਾਵਾਂ ਸੱਚਮੁੱਚ ਮੈਂ ਬਹੁਤ ਬੁਰਾ ਕੀਤਾ ਜੋ ਮੈਂ ਆਪਣੇ ਖਾਨਦਾਨ ਦੀ ਪੁਸ਼ਤ ਦਵਾ ਪੁਸ਼ਤ ਚੱਲੀ ਆ ਰਹੀ ਕੇਸ ਰੱਖਣ ਦੀ ਰਵਾਇਤ ਦੇ ਉਲਟ ਗੁਰੂ ਕੀ ਮੋਹਰ ਦੀ ਬਿਆਦਵੀ ਕੀਤੀ ਪਰ ਮੈਂ ਆਪਾਸੋਂ ਇੱਕ ਹੋਰ ਗੱਲ ਛਪਾਉਣੀ ਵੀ ਪਾਪ ਸਮਝਦਾ ਹਾਂ ਉਹ ਇਹ ਕਿ ਚਾਹੇ ਸਾਡੇ ਖਾਨਦਾਨ ਵਿੱਚ ਪਿਤਾ ਪੁਰਖੀ ਕੇਸ ਰੱਖਣ ਦੀ ਰੀਤ ਚੱਲੀ ਆਈ ਹੈ ਤੇ ਮੇਰੇ ਉਸ ਖਾਨਦਾਨੀ ਰਵੈਤਰੀਤ ਕਰਕੇ ਕਿਸ ਰੱਖੇ ਹੋਏ ਸਨ ਮੈਂ ਆਪਣੇ ਆਪ ਨੂੰ ਸਿੱਖ ਸਦਵਾਉਣਾ ਵੀ ਫਖਰ ਸਮਝਦਾ ਹਾਂ ਪਰ ਵਾਸਤਵ ਵਿੱਚ ਗੱਲ ਇਹ ਹੈ ਕਿ ਮੇਰਾ ਦਿਲ ਸਿੱਖ ਨਹੀਂ ਤੇ ਮੈਨੂੰ ਮਾਫ ਕਰੋਗੇ ਜੇ ਮੈਂ ਸਾਫ ਲਫਜ਼ਾਂ ਵਿੱਚ ਆਪਣੇ ਦਿਲ ਨੂੰ ਖੋਲ ਦੇਵਾਂ ਤੇ ਕਹਿ ਦੇਵਾਂ ਕਿ ਮੈਂ ਨਾਸਤਕ ਹਾਂ ਰੱਬ ਨੂੰ ਨਹੀਂ ਮੰਨਦਾ ਤੇ ਮੇਰੀ ਸਾਰੀ ਮੰਡਲੀ ਵੀ ਇਸ ਗੱਲ ਨੂੰ ਜਾਣਦੀ ਹੈ ਪਰ ਆਪ ਦਾ ਹੁਕਮ ਮੰਨਣ ਵਿੱਚ ਮੈਨੂੰ ਕੋਈ ਉਜ਼ਰ ਨਹੀਂ ਆਪ ਹੁਕਮ ਦਿਓ ਤਾਂ ਮੈਂ ਕੇਸ ਰੱਖ ਲਵਾਂ ਕਾਸ਼ ਮੈਂ ਆਪਦੀ ਸੰਗਤ ਵਿੱਚ ਕੁਝ ਅਰਸਾ ਨੇੜੇ ਹੋ ਕੇ ਰਹਿੰਦਾ ਤਾਂ ਮੇਰੇ ਨਾਸਤਿਕਤਾ ਵਾਲੇ ਖਿਆਲ ਵੀ ਪਲਟ ਜਾਂਦੇ ਮੈਂ ਬੜਾ ਖੁਸ਼ ਹੋਇਆ ਕਿ ਆਪਨੇ ਸੱਚੇ ਸੱਚ ਆਪਣੇ ਦਿਲ ਦੀ ਵਿਥਿਆ ਸੁਣਾ ਦਿੱਤੀ ਹੈ ਤੇ ਕੋਈ ਲਕੋ ਨਹੀਂ ਰੱਖਿਆ ਨਾਸਤਿਕਤਾ ਵਾਲੀ ਦਸ਼ਾ ਵਿੱਚ ਹੁੰਦਿਆਂ ਆਪ ਤੋਂ ਕੇਸ ਰਖਾਉਣ ਦਾ ਰਣ ਚਕਲਾਬ ਨਹੀਂ ਨਾ ਹੀ ਸਾਨੂੰ ਕੋਈ ਫਖਰ ਹੈ ਮੈਨੂੰ ਹੁਣ ਤਾਂ ਸਾਨੂੰ ਕੇਸ ਰਖਾਉਣ ਦਾ ਕੋਈ ਚਾਅ ਨਹੀਂ ਅਤੇ ਨਾ ਹੀ ਨਾ ਰੱਖਣ ਦਾ ਅਫਸੋਸ ਹੈ ਅਰਮਾਨ ਤਾਂ ਇਹ ਹੈ ਕਿ ਤੁਸੀਂ ਆਸਤਿਕ ਨਿਸ਼ਚੇ ਵਿੱਚ ਹੁੰਦੇ ਹੋਏ ਲੇਖੇ ਲੱਗਦੇ ਤੁਸੀਂ ਫਾਂਸੀ ਜ਼ਰੂਰ ਚੜ੍ਹਨਾ ਹੈ ਫਾਂਸੀ ਚੜ੍ਹਨ ਤੋਂ ਪਹਿਲਾਂ ਜੇ ਤੁਹਾਡੀ ਨਾਸਤਿਕਤਾ ਦੂਰ ਹੋ ਜਾਂਦੀ ਤਾਂ ਬੜੀ ਚੰਗੀ ਗੱਲ ਹੁੰਦੀ ਚਾਹੇ ਤੂੰ ਰੱਬ ਨੂੰ ਨਹੀਂ ਮੰਨਦਾ ਪਰ ਇੱਕ ਗੱਲ ਯਾਦ ਰੱਖ ਉਹ ਸੁੱਪਰ ਆਪਣਾ ਨਿਸ਼ਚੈ ਕਾਇਮ ਕਰ ਤੇ ਇਹ ਗੱਲ ਹਿਰਦੇ ਉੱਪਰ ਉਕਰ ਲੈ ਕਿ ਤੈ ਮਰਨਾ ਨਹੀਂ ਮੁੜ ਕੇ ਫਿਰ ਆਉਣਾ ਹੈ ਆਤਮਾ ਅਜ਼ਰ ਅਮਰ ਹੈ ਇਸਨੇ ਮੁੱਕ ਨਹੀਂ ਜਾਣਾ ਇਸਨੇ ਬਾਰ ਬਾਰ ਆਉਣਾ ਹੈ ਬਸ ਤੂੰ ਇਹ ਗੱਲ ਪੱਥਰ ਤੇ ਲਕੀਰ ਸਮਝ ਕਿ ਤੈ ਮੁੱਕਣਾ ਨਹੀਂ ਫਿਰ ਆਉਣਾ ਹੈ ਮਾਨੁਖ ਜੰਮੇ ਵਿੱਚ ਆਉਣਾ ਹੈ ਜਿਹੜਾ ਅੰਦਰ છાਤੀ ਮਾਰ ਕੇ ਤੂੰ ਕੀ ਹੈ ਆਤਮਾ ਹੈ ਕਿ ਮ੍ਰਿਤਕ ਮੜਾ ਸਰੀਰ ਕਿ ਇਹ ਬੋਲਣ ਹਾਰ ਸਮਝਣ ਸੋਚਣ ਹਾਰ ਉਪਕਾਰ ਚਿਤਵਨ ਹਾਰ ਉੱਚੀਆਂ ਕਰਨੀਆਂ ਲੋਚਨ ਹਾਰ ਜੋ ਕੁਛ ਤੂੰ ਹੈ ਇਹ ਤੇਰਾ ਹੱਡ ਚਮ ਮਾਸ ਰਕਤ ਦੇ ਮੜੇ ਸਰੀਰ ਨਾਲ ਹੀ ਮੁੱਕ ਠੁਕ ਜਾਏਗਾ ਕਦੇ ਨਹੀਂ ਤੈ ਨਹੀਂ ਹਾਲੇ ਮੁਕਣਾ ਨਾ ਕਦੇ ਮਰਨਾ ਹੈ ਇਹ ਉੱਪਰਲੇ ਬਚਨ ਐਸੇ ਵਜਦ ਅਤੇ ਚੜ੍ਹਦੀ ਕਲਾ ਦੇ ਰੰਗਾਂ ਵਿੱਚ ਉਚਰੇ ਗਏ ਇਹ ਉੱਪਰਲੇ ਬਚਨ ਐਸੇ ਵਜਦ ਅਤੇ ਚੜ੍ਹਦੀ ਕਲਾ ਦੇ ਰੰਗਾਂ ਵਿੱਚ ਉਚਰੇ ਗਏ ਉਚਾਰਨ ਹਾਰੇ ਨੇ ਉਚਰਾਏ ਕਿ ਭਗਤ ਸਿੰਘ ਇਹਨਾਂ ਬਚਨਾਂ ਨੂੰ ਸੁਣ ਕੇ ਕਈ ਮਿੰਟਾਂ ਤਾਈਂ ਦੰਬ ਖੁਦ ਰਿਹਾ ਉਸ ਦੀ ਨੀਵੀਂ ਹੀਟ ਨੂੰ ਪੈ ਗਈ ਬੇਹਿੱਸੋ ਹਰਕਤ ਜਹਾ ਹੋ ਗਿਆ ਕਈ ਮਿੰਟ ਕੁਝ ਬੋਲਿਆ ਹੀ ਨਹੀਂ ਮੈਂ ਹੱਥ ਨਾਲ ਹਲੂਣ ਕੇ ਸਾਵਧਾਨ ਕੀਤਾ ਤਾਂ ਕੀ ਵੇਖਦਾ ਹਾਂ ਕਿ ਉਸ ਦੇ ਚਿਹਰੇ ਉੱਤੇ ਹੋਰ ਅਨੋਖੀ ਆਬਾ ਆਈ ਹੋਈ ਹੈ ਉਹ ਬੇਖਤਿਆਰ ਹੋ ਕੇ ਜੰਗਲੇ ਦੇ ਲਾਗੇ ਹੋ ਕੇ ਮੇਰੇ ਵੱਲ ਉਲਰਿਆ ਤੇ ਜੰਗਲੇ ਵਿੱਚ ਦੀ ਹੱਥ ਕੱਢ ਕੇ ਹੱਥ ਪੁਲਮਾਏ ਜਿਵੇਂ ਪੈਰਾਂ ਨੂੰ ਫੜੀਦਾ ਹੈ ਮੈਂ ਉਸ ਦੇ ਹੱਥ ਫੜ ਲਏ ਤੇ ਕਿਹਾ ਚਰਨ ਕੇਵਲ ਗੁਰੂ ਦੇ ਹੀ ਪਰਸੀ ਦੇ ਹਨ ਉਸ ਨੂੰ ਮੈਂ ਉਠਾਇਆ ਉੱਠ ਕੇ ਜਦੋਂ ਸੰਭਲਿਆ ਤਾਂ ਉਸਨੇ ਇਸ வித ਸੰਭਖਨ ਕੀਤਾ ਭਾਈ ਸਾਹਿਬ ਆਪਦੇ ਬਚਨਾਂ ਨੇ ਤਾਂ ਅਮੁਘ ਬਾਣਾ ਵਾਲਾ ਕੰਮ ਕੀਤਾ ਮੇਰੇ ਕੁਫਰ ਦੇ ਕਰ ਤੋੜ ਦਿੱਤੇ ਮੇਰੇ ਉੱਤੇ ਇੱਕ ਚੁੰਬਕ ਕਲਾ ਵਾਲਾ ਅਸਰ ਹੋਇਆ ਮੈਨੂੰ ਇਹ ਮਨਵਚਨ ਕਰਮ ਕਰਕੇ ਨਿਸ਼ਚਿਤ ਹੋ ਗਿਆ ਕਿ ਮੈਂ ਮਰਨਾ ਨਹੀਂ ਮੈਂ ਉਹ ਕੁਸ਼ਾ ਜਿਸਨੇ ਮੁੱਕ ਨਹੀਂ ਜਾਣਾ ਫੌਤ ਨਹੀਂ ਹੋ ਜਾਣਾ ਮੈਂ ਇਹ ਸਰੀਰ ਜਾਮਾ ਛੱਡ ਕੇ ਫਿਰ ਜ਼ਰੂਰ ਆਉਣਾ ਹੈ ਅਤੇ ਫਿਰ ਹੌਲ ਤਾਈਂ ਸਰੀਰ ਛੱਡ ਕੇ ਮੇਰੀ ਆਤਮਾ ਨੇ ਤਦ ਜੀਸਤੀ ਲਹਿਰਾਓ ਵਿੱਚ ਕਾਇਮ ਰਹਿਣਾ ਹੈ ਮੈਨੂੰ ਹੁਣ ਫਾਂਸੀ ਲੱਗਣ ਵਿੱਚ ਸਰੂਰ ਹਾਸਲ ਹੋਵੇਗਾ ਮੈਂ ਤਾਂ ਕੇਵਲ ਹੱਠ ਕਰਕੇ ਬਹਾਦਰ ਬਣਿਆ ਹੋਇਆ ਸੀ ਤੇ ਮੌਤ ਨੂੰ ਮਾਉ ਸਮਝਦਾ ਸੀ ਪਰ ਅੰਤਰਗਤੀ ਮੈਨੂੰ ਇਹ ਹਵਾ ਲੱਗਿਆ ਹੋਇਆ ਸੀ ਮੈਂ ਮਰ ਕੇ ਕੁਝ ਨਹੀਂ ਰਹਿਣਾ ਮੇਰੀਆਂ ਅੱਖੀਆਂ ਅੱਗੇ ਇਹ ਖਿਆਲ ਕਰਕੇ ਹਨੇਰਾ ਛਾ ਜਾਂਦਾ ਸੀ ਤੇ ਬੜੀਆਂ ਟੋਟਾਂ ਪੈਂਦੀਆਂ ਸਨ ਕਿ ਹਾਏ ਮੈਂ ਮਰ ਕੇ ਕੁਝ ਨਹੀਂ ਰਹਿਣਾ ਆਪਦੇ ਬਚਨਾਂ ਨੇ ਮੇਰੀ ਅਚਰਜਕਾਇਆ ਪਲਟ ਦਿੱਤੀ ਹੈ ਮੇਰਾ ਅੱਗਾ ਮੇਰੇ ਅੱਗੇ ਰੋਸ਼ਨ ਹੋ ਗਿਆ ਹੈ ਨਿਰਸਤ ਨਾਬੁੱਦੀ ਖਲਾ ਤੋਖਲਾ ਸਭ ਮਿਟ ਗਿਆ ਹੈ ਮੇਰਾ ਹੌਸਲਾ ਵਧ ਗਿਆ ਹੈ ਮੈਂ ਹੁਣ ਹੌਸਲੇ ਨਾਲ ਮਰਾਂਗਾ ਮੈਨੂੰ ਆਪਦੇ ਜੀਵਨ ਦੀ ਜੀਵਨ ਬੂਟੀ ਦੀ ਅਕਸੀਰ ਦਾ ਅਮਲ ਚੜ ਗਿਆ ਹੈ ਆਪਦੇ ਜੀਵਨ ਨੇ ਇਹ ਗੱਲ ਤਾਂ ਮੇਰੇ ਹਿਰਦੇ ਅੰਦਰ ਪਹਿਲਾਂ ਹੀ ਉਕਰ ਦਿੱਤੀ ਹੋਈ ਸੀ ਕਿ ਆਪ ਦੀ ਕਹਿਣੀ ਤੇ ਕਰਨੀ ਇੱਕ ਹੈ ਆਪ ਦਾ ਜੀਵਨ ਭਰੋਸਾ ਮੇਰੇ ਉੱਤੇ ਇਹ ਅਕਸ ਲਿਆਇਆ ਹੈ ਕਿ ਆਪ ਸਹੀ ਗੱਲ ਮੂੰਹੋਂ ਬੋਲਦੇ ਕਹਿੰਦੇ ਹੋ ਜਿਸ ਗੱਲ ਦਾ ਆਪਣਾ ਪ੍ਰਤੱਖ ਤਜਰਬਾ ਕੀਤਾ ਹੋਇਆ ਹੁੰਦਾ ਹੈ ਜਿਸ ਨੂੰ ਕਿ ਆਪ ਨੇ ਪ੍ਰਤੱਖ ਪੇਖਿਆ ਹੁੰਦਾ ਹੈ ਸੋ ਮੈਨੂੰ ਨਾ ਸਿਰਫ ਇਹ ਨਿਸਚੈ ਹੋ ਗਿਆ ਕਿ ਮੈਂ ਨਹੀਂ ਮਰਨਾ ਤੇ ਮੈਂ ਸਦਾ ਜੀਵਨ ਹਾਰੀ ਆਤਮਾ ਹਾਂ ਬਲਕੇ ਮੈਨੂੰ ਇਹ ਵੀ ਨਿਸ਼ਚਾ ਹੋ ਗਿਆ ਹੈ ਕਿ ਰੱਬ ਵੀ ਹੈ ਤੇ ਉਸ ਰੱਬ ਨੂੰ ਆਪਨੇ ਆਪਣੀ ਅੱਖੀਂ ਦੇਖਿਆ ਹੈ ਸੋ ਆਪ ਨੂੰ ਇਸ ਤੋਂ ਅਧਿਕ ਸੱਚੀ ਖੁਸ਼ੀ ਨਹੀਂ ਹੋਵੇਗੀ ਕਿ ਅੱਜ ਤੋਂ ਆਪ ਦਾ ਪਿਆਰਾ ਭਗਤ ਸਿੰਘ ਆਤਮ ਜੀਵਨੀ ਆਸਤਿਕ ਭਗਤ ਸਿੰਘ ਹੈ ਅਤੇ ਆਸਤਿਕ ਨਿਸ਼ਚੇ ਨੂੰ ਨਿਸ਼ਚਿਤ ਕਰਦਾ ਹੋਇਆ ਹੀ ਜਾਨ ਦੇਵੇਗਾ ਅਤੇ ਹੁਣ ਆਪ ਨੂੰ ਪ੍ਰੋਸਾ ਦਵਾਉਂਦਾ ਹਾਂ ਕਿ ਅੱਜ ਤੋਂ ਆਪਣਾ ਦਾੜਾ ਕੇਸ ਕਦੇ ਨਹੀਂ ਕਟਾਵਾਂਗਾ ਅਤੇ ਸਿੱਖ ਨਿਸ਼ਚੇ ਵਿੱਚ ਆਤਮ ਔਜੀ ਚੜਾਈ ਕਰਾਂਗਾ ਹਾਂ ਸਿੱਖਾਂ ਦੇ ਬੋਲੇ ਵਾਲਾ ਇਹ ਚੜ੍ਹਾਈ ਕਰਨ ਵਾਲਾ ਕਿੰਨਾ ਸੁੰਦਰ ਅਤੇ ਸੱਚਾ ਅਰਥ ਪ੍ਰਤੀਪਾਦਕ ਹੈ ਕਿੱਥੇ ਚੜ੍ਹਾਈ ਕਰਨ ਅਤੇ ਕਿੱਥੇ ਮਰਨਾ ਦੇਹ ਨੂੰ ਤਿਆਗ ਕੇ ਮੇਰੀ ਆਤਮਾ ਚੜ੍ਹਾਈ ਕਰੇਗੀ ਉਹ ਪ੍ਰਕਾਸ਼ ਨੂੰ ਚੜ੍ਹ ਜਾਏਗੀ ਮਰੇਗੀ ਮੁਕੇਗੀ ਨਹੀਂ ਮੜ ਕੇ ਫਿਰ ਜਮਾਤਾਂ ਲੇਗੀ ਅਤੇ ਦੇਸ਼ ਕੌਮ ਦੇ ਉੱਚੇ ਆਦਰਸ਼ ਕਮ ਕਰਾਏਗੀ ਆਪ ਦੀ ਮੁਲਾਕਾਤ ਦਾ ਸੱਚਾ ਸਿੱਟਾ ਬਹੁਤ ਹੀ ਖੂਬ ਨਿਕਲਿਆ ਬਸ ਇਤਨੀ ਬਾਤचीत ਸਮਾਪਤ ਹੋਣ ਪਰ ਅਤੇ ਤਤ ਅਦਾਰਸ਼ੀ ਸਿੱਟਾ ਮੁਲਾਕਾਤਾਂ ਨਿਕਲਣ ਪਰ ਅਸੀਂ ਪਰਸ ਪਰ ਆਖਰੀ ਫਤਿਹ ਬੁਲਾਈ ਅਤੇ ਵਿਗਸ ਵਿਗਸ ਕੇ ਵਿਛੜੇ